ਇਹ ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਮੰਗਲਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲੋਂ ਅੱਜ ਦੀਆਂ ਖਾਸ ਖਾਸ ਖਬਰਾਂ ਸੁਣੋ। ਪੰਜਾਬ ਦੇ ਸੰਗਰੂਰ ਵਿੱਚ ਦਰਦਨਾਕ ਸੜਕ ਹਾਦਸਾ, ਟਰੱਕ ਨਾਲ ਟਕਰਾ ਕੇ ਕਾਰ ਬਣੀ ਅੱਗ ਦਾ ਗੋਲਾ, ਪੰਜ ਵਿਅਕਤੀ ਜਿਉਂਦੇ ਸੜੇ। ਪੰਜਾਬ ਵਿੱਚ ਕਿਸਾਨ ਅੰਦੋਲਨ ਜਾਰੀ, ਭਲਕੇ ਹੋਵੇਗੀ ਚੰਡੀਗੜ੍ਹ ਦੇ ਵਿੱਚ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ। ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ JP ਨੱਡਾ ਦੇ ਪੰਜਾਬ ਆਉਣ ਉੱਪਰ ਘਿਰਾਓ ਕਰਨ ਦਾ ਐਲਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਬੋਲੇ ਕਿ ਦੁਨੀਆ ਸਾਹਮਣੇ ਦਹਿਸ਼ਤਗਰਦੀ ਸਭ ਤੋਂ ਵੱਡਾ ਖਤਰਾ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਵਿੱਚ ਲਗਾਤਾਰ ਕਮੀ, ਪਰ ਕੌਮੀ ਰਾਜਧਾਨੀ ਦਿੱਲੀ ਵਿੱਚ ਫੇਰ ਲੱਗ ਸਕਦਾ ਹੈ ਲਾਕਡਾਊਨ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਫੈਸਲਾ, ਤਿਆਰੀਆਂ ਜ਼ੋਰਾਂ ਤੇ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉੱਪਰ ਇੱਕ ਔਰਤ ਨੇ ਲਾਏ ਬਲਾਤਕਾਰ ਦੇ ਇਲਜ਼ਾਮ। ਬੈਂਸ ਨੇ ਕਿਹਾ ਕਿ ਇਹ ਉਹਨਾਂ ਦੇ ਖਿਲਾਫ਼ ਸਾਜ਼ਿਸ਼। 20 ਸਾਲ ਦਾ ਨੌਜਵਾਨ ਚਲਾ ਰਿਹਾ ਸੀ ਡਰੱਗ ਰੈਕਟ। 11 ਕਿਲੋ ਹੈਰੋਇਨ ਤੇ 11 ਲੱਖ ਰੁਪਈਆਂ ਦੇ ਨਾਲ 4 ਜਣੇ ਗ੍ਰਿਫ਼ਤਾਰ ਕੀਤੇ ਗਏ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਆਪਣੀ ਕਿਤਾਬ ਵਿੱਚ ਖੁਲਾਸਾ ਕਿ ਭਾਰਤ ਵਿੱਚ ਲੱਖਾਂ ਲੋਕ ਭੁੱਖੇ, ਪਰ ਉਦਯੋਗਪਤੀਆਂ ਦੇ ਹਨ ਸ਼ਾਹੀ ਠਾਟ। ਅਤੇ ਪਹਾੜਾਂ ਵਿੱਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਅਚਾਨਕ ਠੰਡ ਵਧੀ। ਹੁਣ ਖ਼ਬਰਾਂ ਦੀ ਤਫਸੀਲ ਸੁਣੋ। ਪੰਜਾਬ ਦੇ ਸੰਗਰੂਰ ਵਿੱਚ ਮੰਗਲਵਾਰ ਨੂੰ ਸੜਕ ਹਾਦਸੇ ਵਿੱਚ 5 ਲੋਕਾਂ ਦੀ ਜਿਉਂਦਿਆਂ ਸੜਕ ਕੇ ਮੌਤ ਹੋ ਗਈ। ਮਾਰੇ ਗਏ ਵਿਅਕਤੀਆਂ ਦੀ ਕਾਰ ਟਰੱਕ ਦੇ ਨਾਲ ਟਕਰਾ ਗਈ ਸੀ। ਟੱਕਰ ਤੋਂ ਬਾਅਦ ਕਾਰ ਵਿੱਚ ਅੱਗ ਲੱਗ ਗਈ ਤੇ ਇਵੇਂ ਲੱਗਾ ਜਿਵੇਂ ਉਹ ਅੱਗ ਦਾ ਗੋਲਾ ਬਣ ਗਈ ਹੋਵੇ। ਲੋਕਾਂ ਨੂੰ ਕੱਢਣ ਦਾ ਮੌਕਾ ਹੀ ਨਹੀਂ ਮਿਲ ਸਕਿਆ। ਕਾਰ ਵੀ ਸੜਕ ਸਵਾਹ ਹੋ ਗਈ, ਨਾਲ ਹੀ 5 ਵਿਅਕਤੀ ਰਾਖ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਮਾਰੇ ਗਏ ਵਿਅਕਤੀਆਂ ਦੀ ਪਛਾਣ ਮੋਗੇ ਦੇ ਟੱਲੇਵਾਲ ਦੇ ਰਹਿਣ ਵਾਲੇ ਬਲਵਿੰਦਰ ਸਿੰਘ, ਨਾਨਕ ਨਗਰ ਦੇ ਕੁਲਤਾਰ ਸਿੰਘ, ਗ੍ਰੀਨਫੀਲਡ ਕਲੋਨੀ ਦੇ ਕੈਪਟਨ ਸੁਖਵਿੰਦਰ ਸਿੰਘ, ਰਾਮੂਵਾਲੀਆ ਦੇ ਸੁਰਿੰਦਰ ਸਿੰਘ ਤੇ ਚਮਕੌਰ ਸਿੰਘ ਦੇ ਤੌਰ ਤੇ ਕੀਤੀ ਗਈ ਹੈ। ਪੰਜਾਬ ਭਰ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਪੰਜਾਬ ਭਰ ਤੋਂ ਖ਼ਬਰਾਂ ਆ ਰਹੀਆਂ ਕਿ ਥਾਂ ਥਾਂ ਤੇ ਉਹਨਾਂ ਨੇ ਟੋਲ ਪਲਾਜ਼ੇ ਰੋਕੇ ਹੋਏ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਰਿਲਾਇੰਸ ਦੇ ਸ਼ੋਰੂਮ ਵੀ ਘੇਰੇ ਹੋਏ ਨੇ। ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ ਵੀ ਧਰਨੇ ਲਾਏ ਜਾ ਰਹੇ ਨੇ। ਇਸੇ ਦੌਰਾਨ ਪੰਜਾਬ ਦੇ ਕਿਸਾਨ ਅੰਦੋਲਨ ਦੀ ਦਿਸ਼ਾ ਤੈਅ ਕਰਨ ਵਾਸਤੇ ਭਲਕੇ 18 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾਏਗੀ, ਜਿਹਦੇ ਵਿੱਚ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਨਾਅਰੇ ਦੇ ਹੇਠ ਦਿੱਲੀ ਨੂੰ ਘੇਰਨ ਦੇ ਐਕਸ਼ਨ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਇਸੇ ਦੌਰਾਨ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ 55ਵੇਂ ਦਿਨ ਵਿੱਚ ਮੌਸਮ ਦੇ ਬਦਲੇ ਹੋਏ ਮਿਜਾਜ਼ ਦੇ ਬਾਵਜੂਦ ਜਾਰੀ ਰਿਹਾ। ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਦੇ ਤਹਿਤ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ ਆਉਂਦੇ ਨੇ ਤਾਂ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕੀਤਾ ਜਾਏਗਾ ਤੇ ਥਾਂ ਥਾਂ ਤੇ ਉਹਨਾਂ ਦੇ ਘਿਰਾਓ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦੇ ਨਾਲ ਪੰਜਾਬ ਸਰਕਾਰ ਦੀ ਬਦਨੀਤੀ ਵੀ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ 5 ਨਵੰਬਰ ਨੂੰ 4 ਘੰਟੇ ਦੇ ਚੱਕਾ ਜਾਮ ਦੇ ਅੰਦੋਲਨ ਨੂੰ ਵੀ ਸਾਰੇ ਮੁਲਕ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਹੁਣ 26 ਤੇ 27 ਨਵੰਬਰ ਨੂੰ ਦਿੱਲੀ ਵਾਲਾ ਅੰਦੋਲਨ ਵੀ ਦੇਸ਼ ਵਾਸੀਆਂ ਦੇ ਸਹਿਯੋਗ ਦੇ ਨਾਲ ਪੂਰਾ ਹੋਏਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖਰ ਸੰਮੇਲਨ ਦੇ ਵਿੱਚ ਆਖਿਆ ਕਿ ਦੁਨੀਆ ਦੇ ਸਾਹਮਣੇ ਦਹਿਸ਼ਤਗਰਦੀ ਸਭ ਤੋਂ ਵੱਡਾ ਖਤਰਾ ਹੈ ਤੇ ਦਹਿਸ਼ਤਗਰਦੀ ਦੀ ਹਮਾਇਤ ਕਰ ਰਹੇ ਮੁਲਕਾਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਖ਼ਤੀ ਦੇ ਨਾਲ ਦਹਿਸ਼ਤਗਰਦੀ ਦੇ ਖਿਲਾਫ਼ ਲੜਿਆ ਜਾ ਸਕਦਾ ਹੈ। ਉਹਨਾਂ ਇਹਦੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ, IMF ਅਤੇ WTO ਵਰਗੇ ਸੰਗਠਨਾਂ ਦੇ ਵਿੱਚ ਸੁਧਾਰ ਦੀ ਲੋੜ ਉੱਪਰ ਜ਼ੋਰ ਦਿੱਤਾ। ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। 12 ਸੂਬਿਆਂ ਵਿੱਚ ਰਿਕਵਰੀ ਰੇਟ 95% ਤੋਂ ਜ਼ਿਆਦਾ ਹੋ ਗਿਆ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 88,74,172 ਤੋਂ ਪਾਰ ਚਲਾ ਗਿਆ, ਪਰ ਇਹਦੇ ਵਿੱਚੋਂ 82,88,169 ਲੋਕ ਠੀਕ ਵੀ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ 'ਚ 28,377 ਨਵੇਂ ਮਰੀਜ਼ ਮਿਲੇ ਨੇ। ਪਿਛਲੇ 4 ਮਹੀਨੇ ਵਿੱਚ ਇਹ ਅੰਕੜਾ ਸਭ ਤੋਂ ਘੱਟ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵਧਣ ਦੇ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ। ਦਿੱਲੀ ਸਰਕਾਰ ਬਾਜ਼ਾਰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਵਾਸਤੇ ਛੋਟੇ ਪੱਧਰ ਤੇ ਲਾਕਡਾਊਨ ਵੀ ਲਾਇਆ ਜਾ ਸਕਦਾ ਹੈ। ਦਿੱਲੀ ਵਿੱਚ ਹੁਣ ਵਿਆਹਾਂ ਸ਼ਾਦੀਆਂ 'ਚ 200 ਦੀ ਥਾਂ ਤੇ 50 ਲੋਕ ਹੀ ਸ਼ਾਮਲ ਹੋ ਸਕਣਗੇ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਹਰ ਰੋਜ਼ 1 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ। ਅਮਰੀਕਾ 'ਚ ਆਖਰੀ 10 ਲੱਖ ਕੇਸ ਤਾਂ ਸਿਰਫ 6 ਦਿਨਾਂ 'ਚ ਸਾਹਮਣੇ ਆ ਗਏ, ਜਦਕਿ ਪਹਿਲੇ 10 ਲੱਖ ਮਰੀਜ਼ 100 ਦਿਨਾਂ ਵਿੱਚ ਸਾਹਮਣੇ ਆਏ ਸਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਆਪਣੇ ਦਮ ਤੇ ਲੜਨ ਦਾ ਫੈਸਲਾ ਕੀਤਾ ਹੈ।
पार्टी ने पंजाब विच अपना सियासी आधार वधाउण वास्ते सरगर्मियां भी तेज कर दित्तियां ने ते पार्टी वर्करां नूं शहरां दे नाल नाल पिंडां विच भी लोगां नूं जोड़न की जिम्मेवारी सौंपी गई है। भारतीय जनता पार्टी के कौमी जनरल सकत्तर तरुण चुग ने दस्सिया कि पंजाब विच भारतीय जनता पार्टी 2022 दीआं विधानसभा चोणां च सारियां 117 सीटां ते अपने उम्मीदवार उतारेगी। पार्टी के कौमी प्रधान JP नड्डा 19 नवंबर नूं पंजाब विच पार्टी के 10 जिला दफ्तरां दा वर्चुअल उद्घाटन करनगे ते इस तों बाद पंजाब विच चोण जित्तण वास्ते पार्टी दीआं तैयारियां दा जायजा लैण लई 3 दिन दे दौरे ते भी आउणगे। ये खबरां तुसीं पंजाबी रेडियो USA तों सुण रहे हो ते इन्हां खबरां नूं साडे चंडीगढ़ स्टूडियो तों सिद्धां प्रसारित किया जा रहा है। खबरां नूं स्पॉन्सर कर रहे हैं खालसा इंश्योरेंस एजेंसी वाले। ओबामा केयर कवर कैलिफोर्निया की एप्लीकेशन शुरू हो चुकी ने। हैल्थ इंश्योरेंस ना कराने की हालत में घट्टो घट $750 प्रति व्यक्ति जुर्माना होगा। तुसी अपनी एप्लीकेशन रीन्यू करवानी है जां नवीं भरनी है तो अज ही कॉल करो 408-272-2500 ते। याद रखो खालसा इंश्योरेंस एजेंसी का दफ्तर सारा साल खुला रहिंदा है। इन्हां दा टैलीफोन नंबर एक बार फिर नोट कर लो 408-272-2500। चलो फिर चलते हैं कुछ होर खबरां वल। लोक इंसाफ पार्टी के प्रधान ते लुधियाणा तो विधायक सिमरजीत सिंह बैंस उपर लुधियाने की रहने वाली ही एक औरत ने बलात्कार का इल्जाम लाया। सिमरजीत सिंह बैंस से यह इल्जाम है कि गहने रखे हुए घर का मामला सुलझाने के नाम उपर उन्होंने इस औरत के नाल कई बार बलात्कार किया। पीड़ित औरत ने इसकी शिकायत पुलिस कमिश्नर को दी है। पुलिस कमिश्नर ने इस मामले की जांच ज्वाइंट पुलिस कमिश्नर रूरल कंवरदीप कौर को सौंप दी है। उन्होंने मामले की जांच शुरू कर दी है। विधायक सिमरजीत सिंह बैंस ने अपने उपर लाए गए इल्जामों को बेबुनियाद दस्सिया है। उन्होंने कहा कि उन्होंने पहली बार इल्जाम नहीं लगे। कभी उन्होंने नाम चिट्टा बेचण वालों के नाल जोड़ दिता जाता है तो कभी टैक्स चोर कहा जाता है तो कभी बिजली चोर कह के उन्होंने बदनाम किया जाता है। पर जांच के दौरान दुध का दुध तो पानी का पानी हो जाएगा। जलंधर की पुलिस ने हैरोइन समगलरां के एक अजिहे ग्रोह का भांडा भन्निया है जिहड़ा सरगना 20 साल का नौजवान है। फिरोजपुर का रहने वाला यह मुलजम पाकिस्तान तो हैरोइन मंगवाता सी। गिरफ्तार किए गए चार मुलजमान को 11 किलो हैरोइन ते 11,25,000 की नकदी बरामद की गई है। मुलजमान की पछाण रणजीत सिंह निवासी किलचा फिरोजपुर, हरजिंदर सिंह काला किलचा फिरोजपुर, संजीत उर्फ सिंटू निवासी भारत नगर फिरोजपुर, किशन सिंह निवासी माझीवाल गंगानगर राजस्थान के तौर पर की गई है। मोहाली की नगर निगम की चोण बारे नवी वार्डबंदी का प्रस्तावित खरड़ा मंजूर करने तो बाद जल्दबाजी में नोटिफिकेशन जारी करने के मामले में श्रोमणी अकाली दल नूं पंजाब ते हरियाणा हाईकोर्ट तो अज दूजी बार भी कोई राहत नहीं मिली। हाईकोर्ट के डबल बेंच ने सुनवाई अगे टालदिया आख्या कि दोवें पटीशनां ते इको दिन 6 जनवरी दोवां धिरां की बहस सुनी जाएगी। नाभा नेड़े पिंड चट्ठे के वसनीक बलवंत सिंह के घर अज चार अणपछाते पिस्तौल दिखा के 2,00,000 रुपए ते 25 तोले सोना लुट के फरार हो गए। वारदात अज तड़के 6 बजे की है। खेतां च इकला घर होण करके पिंड वासियां नूं घटना बारे पता न लगा ते मुलजम अपना काम करके आसानी नाल फरार हो गए। लुटेरियां ने घर विच दाखल हुंदे नौकर नूं बंद दिता ते बलवंत सिंह की पत्नी उपर पिस्तौल तान दिती। बलवंत सिंह की अपनी लत की हड्डी टुटी होण करके वह बिस्तरे उपर है। नाभा पुलिस ने केस दर्ज कर लिया ते मुलजमां दी भाल की जा रही है। अमरीका के साबका राष्ट्रपति बराक ओबामा ने अपनी नवी किताब विच भारतीय उद्योगपतियों नूं निशाना बनाउंदे आख्या है कि उन्होंने ठाठवाठ ने बादशाहां ते मुगलां नूं भी पिछे छड्ड दिता है। बराक ओबामा ने अपनी किताब द प्रोमिस्ड लैंड विच लिखा है कि भारत विच लखां लोक गंदगी अते भुखमरी दा शिकार ने पर भारतीय उद्योगपति राजां ते महाराजां तों भी वधेरे शानदार ते ऐशो इशरत वाली जिंदगी ज्यों रहे ने। पंजाब दे हलका बनूर दे साबका विधायक ते साबका खेतीबाड़ी मंत्री महेंद्र सिंह गिल दा अज देहांत हो गया। 1992 विच डेरावासी दे पुराने हलके बनूर तों विधायक चुने गए सन। इस तों बाद मुख्यमंत्री रजिंदर कौर पठल दे कार्यकाल दे दौरान उन्हां नूं खेतीबाड़ी मंत्री बनाया गया सी। कश्मीर ते हिमाचल प्रदेश विच ताज़ा बर्फबारी दे नाल उत्तरी भारत विच ठंड ने जोर फड़ लिया। सैलानियों ने बर्फबारी का आनंद लैण लई हिमाचल प्रदेश वल रुख कर रहे हैं। लोग धर्मशाला खास तौर पर मनाली वल जा रहे ने। कोरोना वायरस के डर नूं दरकिनार करके सैलानी हिमाचल विच मौज मस्ती कर रहे ने। मैदानी इलाकों विच सर्दी तो बचण वास्ते लोगों ने गर्म कपड़े पाने शुरू कर दिते ने। खेती माहरां दे मुताबक मीह कणक दी अगेती फसल वास्ते फायदेमंद साबित होएगा। लगभग 16 घंटे रुक रुक के पैण वाले मीह ने ठंड होर वधा दिती है। इस नाल दिन अते रात दे तापमान विच काफी गिरावट आ गई है। खास खबरां एक वारी फिर सुणो। पंजाब दे संगरूर विच दर्दनाक सड़क हादसा। ट्रक नाल टकरा के कार बनी अग दा गोला, 5 व्यक्ति जिउंदे सड़े।
ਪੰਜਾਬ ਵਿੱਚ ਕਿਸਾਨ ਅੰਦੋਲਨ ਜਾਰੀ ਭਲਕੇ ਹੋਵੇਗੀ। ਚੰਡੀਗੜ੍ਹ ਵਿੱਚ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ। ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦੇ ਪੰਜਾਬ ਆਉਣ ਤੇ ਘਿਰਾਓ ਕਰਨ ਦਾ ਐਲਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਬੋਲੇ ਕਿ ਦੁਨੀਆ ਸਾਹਮਣੇ ਦਹਿਸ਼ਤਗਰਦੀ ਸਭ ਤੋਂ ਵੱਡਾ ਖਤਰਾ ਹੈ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ 'ਚ ਲਗਾਤਾਰ ਕਮੀ, ਪਰ ਦਿੱਲੀ ਵਿੱਚ ਫੇਰ ਲੱਗ ਸਕਦਾ ਹੈ ਲੌਕਡਾਊਨ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਫੈਸਲਾ, ਤਿਆਰੀਆਂ ਜ਼ੋਰਾਂ ਤੇ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਇੱਕ ਔਰਤ ਨੇ ਲਾਏ ਬਲਾਤਕਾਰ ਦੇ ਇਲਜ਼ਾਮ। ਬੈਂਸ ਨੇ ਕਿਹਾ ਕਿ ਇਹ ਉਹਨਾਂ ਦੇ ਖਿਲਾਫ ਸਾਜ਼ਿਸ਼ ਹੈ। 20 ਸਾਲ ਦਾ ਨੌਜਵਾਨ ਚਲਾ ਰਿਹਾ ਸੀ ਡਰੱਗ ਰੈਕਟ। 11 ਕਿਲੋ ਹੈਰੋਇਨ ਤੇ 11 ਲੱਖ ਰੁਪਏ ਦੇ ਨਾਲ 4 ਜਣੇ ਗ੍ਰਿਫਤਾਰ ਕੀਤੇ ਗਏ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਆਪਣੀ ਕਿਤਾਬ ਵਿੱਚ ਖੁਲਾਸਾ ਕਿ ਭਾਰਤ ਵਿੱਚ ਲੱਖਾਂ ਲੋਕ ਭੁੱਖੇ, ਪਰ ਉਦਯੋਗਪਤੀਆਂ ਦੇ ਹਨ ਸ਼ਾਹੀ ਠਾਠ। ਅਤੇ ਪਹਾੜਾਂ ਵਿੱਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਅਚਾਨਕ ਠੰਡ ਵਧੀ। ਇਹ ਸਨ ਸਾਡੀਆਂ ਅੱਜ ਦੀਆਂ ਖ਼ਬਰਾਂ। ਤਾਜ਼ਾ ਖ਼ਬਰਾਂ ਲਈ ਕੱਲ੍ਹ ਇਸੇ ਵਕਤ ਫਿਰ ਆਪਣੀ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਰਸਾਈ ਨੂੰ ਆ ਗਿਆ ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ।